ਬੀਤੀ ਸੋ ਬੀਤੀ ਅੱਗੇ ਸਮਝ ਚੱਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੇ ਸ੍ਰੀ ਗੁਰੂ ਗੋਬਿੰਦ ਸਿੰਘ ਤਾਂਗ ਲੱਗੀ ਬਿੰਦ ਬਿੰਦ ਬਾਰ ਸੇਵਾ ਜੰਦ ਜੰਦ ਵੇਖਲਾ ਦੀਦਾਰ ਮੈਂ ਦੀਦ ਨੇ ਵਿਛਾਈ ਕਰਾ ਮਨ ਤਨ ਵੇਖ ਮਰਾ ਸ਼ਰਧ ਮੋਜ ਜੀਵ ਮਰਾ ਜਾਵਾਂ ਬਲਿਹਾਰ ਮੈਂ ਉਹ ਤਾਂ ਪਾਲੇ ਸੀਤ ਗਾੜੇ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਨਾਲ ਲੰਘ ਪਾਲੇ ਸੀਤ ਗਾੜੇ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਨਾਲ ਲੰਘ ਗਏ ਉਹ ਜਿਹੜੇ ਤੁਹਾਡੇ ਨਾਲ ਲੰਘੇ
ਵਾਲੇ ਜਿਹੜੇ ਤੇਰੇ ਨਾਲ ਲੰਘ ਗਏ, ਚੰਗੇ ਤੀਰ ਗਾੜੇ ਜਿਹੜੇ ਉਹਦੇ ਨਾਲ ਲੰਘ ਗਏ, ਘੜੀ ਆਦੀ ਘੜੀ ਆਤੀ ਹੂੰ ਬਣਿਆ, ਭਗਤਨ ਸੇਤੀ ਗੋਸ਼ ਕੈ ਜੋ ਕੀਨੂ ਸੋਦਾ, ਮਾਨ ਜੋ ਸਤਸੰਗਿਓ ਸੁਭਾਗੀਆਂ ਘੜੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ ਬਾਣੀ ਦੀ ਪੰਕਤੀ ਹੈ, ਸਾਈ ਘੜੀ ਸਲਕਣੀ ਸ਼ੋ ਨਾਲ ਬਿਹਾਇਆ। ਸ਼ੋ ਕਹਿੰਦੇ ਮਾਲਕ, ਕਹਿੰਦੇ ਸਾਰੀ ਜ਼ਿੰਦਗੀ ਚੋਂ ਘੜੀ ਉਹ ਚੰਗੀ ਹੈ ਜਿਹੜੀ ਮਾਲਕ ਨਾਲ ਬਤੀਤ ਹੁੰਦੀ ਹੈ। ਇਸ ਕਰਕੇ ਬਾਣੀ ਦੀ ਪੰਕਤੀ ਹੈ, ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪਾਂ ਦਰਸ਼ਨ ਕਰਦੇ ਹਾਂ, ਮਹਾਂਪੁਰਖਾਂ ਨੇ ਅਪਰਾਧਾ ਕੀਤਾ, ਸ੍ਰੀ ਮਾਨ ਸੰਤ ਬਾਬਾ ਮੋਤੀ ਰਾਮ, ਸ੍ਰੀ ਮਾਨ ਸੰਤ ਬਾਬਾ ਰਾਮ ਸਿੰਘ ਜੀ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ, ਜਿਨ੍ਹਾਂ ਦੀ ਖਾਤਰ ਨੀਤੀ ਵਾਲਾ ਕਹਿੰਦਾ ਏਕ ਬਿਸ਼ਰਤ ਪ੍ਰਾਣ ਹਿੱਤ ਦੀ, ਨੀਤੀ ਵਾਲਾ ਕਹਿੰਦਾ ਵੀ ਇਹ ਸਮੇਂ ਨੂੰ ਦੇਖ ਕੇ ਬੰਦੇ ਨੂੰ ਇਉਂ ਲੱਗਦਾ ਮੇਰੀ ਜਾਨ ਨਿਕਲਦੀ ਹੈ। ਭਾਈ ਨੰਦ ਲਾਲ ਦਸਵੇਂ ਪਾਤਸ਼ਾਹ ਨੂੰ ਦਰਸ਼ਨ ਕਰਕੇ ਕਹਿੰਦਾ ਮਹਾਰਾਜ, ਕਹਿੰਦਾ ਉਮਰ ਉਹ ਹੈ ਜੋ ਦੇਖੇ ਦੇ ਵਿੱਚ, ਕਹਿੰਦਾ ਸੱਚੇ ਪਾਤਸ਼ਾਹ ਜ਼ਿੰਦਗੀ ਤਾਂ ਲੰਘ ਚੱਲੀ। ਭਾਈ ਨੰਦ ਲਾਲ ਗਜਨੀ ਚੋਂ ਆਣ ਕੇ ਮੁਲਤਾਨ ਚ ਰਹਿਣ ਲੱਗਿਆ, ਮੁਲਤਾਨ ਚ ਉਹਨੇ ਇੱਕ ਦਿਨ ਸਿੰਧਗਾ ਦੇ ਗੁਰਦੁਆਰੇ ਚੋਂ ਆਵਾਜ਼ ਆਉਂਦੀ, ਫਰੀਦ ਦਾ ਸਲੋਕ ਪੜਿਆ ਜਾਂਦਾ ਹੈ, ਜਦੋਂ ਸਲੋਕ ਪੜਿਆ ਫਰੀਦ ਦਾ, ਦੇਖ ਫਰੀਦਾ ਜੇਠੀਆ ਦਾੜੀ ਕੋਈ ਪੂਰ ਅੱਗਾ ਨੇੜੇ ਆਇਆ ਪਿੱਛਾ ਰਹਿ ਗਿਆ, ਇਹਦਾ ਮਤਲਬ ਹੈ ਕਾਲਿਆਂ ਤੋਂ ਚਿੱਟੇ ਹੋ ਗਏ ਤੇ ਧਰਮ ਰਾਜ ਦਾ ਸੁਨੇਹਾ ਆ ਗਿਆ। ਇਹਦਾ ਮਤਲਬ ਇਹ ਬਣਦਾ ਜਦੋਂ ਕਾਲਿਆਂ ਤੋਂ ਚਿੱਟੇ ਆਉਣ ਲੱਗ ਜਾਣ ਨਾ ਧੌਲੇ, ਹੁਣ ਤਾਂ ਮੂੰਹ ਕਾਲਾ ਕਰਦੇ ਲੋਕ ਵੀ ਪਤਾ ਨਾ ਲੱਗ ਜਾਏ ਤੇ ਧੌਲੇ ਆਏ, ਪਰ ਇਹ ਧਰਮ ਰਾਜ ਦੇ ਜਮਾਂ ਦੀ ਨਿਸ਼ਾਨੀ ਹੈ ਵੀ ਤਕੜਾ ਹੋ ਜਾ ਤੈਨੂੰ ਲੈ ਜਾਣਾ ਜਿੱਥੇ ਮਰਜ਼ੀ ਜਾਵੇ। ਕਬੀਰ ਕਹਿੰਦਾ ਧੌਲਿਆਂ ਨੂੰ ਦੇ ਦਿੱਤੀ, ਕਹਿੰਦਾ ਥਰ ਥਰ ਕਾਂਪਾ ਬਾਲਾ ਜੀਓ ਕਿਆ ਜਾਨੋ ਕਿਸ ਹਰ ਸੀ, ਕਹਿੰਦਾ ਉਹ ਧਰਮ ਰਾਜ ਦਾ ਸੁਨੇਹਾ ਆ ਗਿਆ ਨਾਮ ਚ ਜਪਿਆ ਹੀ, ਦੇਖੋ ਕਿੱਡਾ ਭਗਤ ਧਰਮ ਬਣਦਾ। ਧੌਲਿਆਂ ਨੂੰ ਦੇਖ ਕੇ ਕਹਿੰਦਾ, ਕਹਿੰਦਾ ਵੀ ਨਾਮ ਚ ਜਪਿਆ ਹੀ ਨਹੀਂ ਤੇ ਧਰਮ ਰਾਜ ਦਾ ਸੁਨੇਹਾ ਪਹੁੰਚ ਵੀ ਗਿਆ ਵੀ ਤਕੜਾ ਹੋ ਜਾ ਤੈਨੂੰ ਲੈ ਜਾ। ਭਾਈ ਨੰਦ ਲਾਲ ਕਹਿੰਦਾ ਦਸਵੇਂ ਪਾਤਸ਼ਾਹ, ਕਹਿੰਦਾ ਮਹਾਰਾਜ ਜੀ
ਗਜਨੀ ਚੋਂ ਆਣ ਕੇ ਜਦੋਂ ਮੁਲਤਾਨ ਰਹਿਣ ਲੱਗਿਆ ਤੇ ਕੰਨਾਂ ਚੋਂ ਆਵਾਜ਼ ਪਈ ਬਈ ਮਣਾ ਆ ਬਾਣੀ ਤੈਨੂੰ ਕਹਿੰਦੀ ਆ ਜਿਹੜੀਆਂ ਗੱਲਾਂ ਬਾਣੀ ਕਹਿੰਦੀ ਨਾ ਦੇਖ ਫਰੀਦਾ ਜੇਠੀਆ ਦਾੜੀ ਹੋਈ ਪੂਰ ਅੱਗਾ ਨੇੜੇ ਆਇਆ ਪਿੱਛਾ ਰਹਿ ਗਿਆ ਐ ਮਣਾ ਤੇਰਾ ਬਿਨਾ ਮਰਨ ਦਾ ਸਮਾਂ ਨੇੜੇ ਆ ਗਿਆ ਹੁਣ ਹੋਵੇ ਨਾ ਤਾਂ ਤੂੰ ਕੁਛ ਖੱਟ ਲੈ ਫਿਰ ਮੁਲਤਾਨ ਚੋਂ ਆਣ ਕੇ ਅਨੰਦਪੁਰ ਸਾਹਿਬ ਆ ਗਿਆ ਅਨੰਦਪੁਰ ਸਾਹਿਬ ਆਣ ਕੇ ਰਹਿੰਦਾ ਹੈ ਉਹਦਾ ਨੌਕਰ ਹੈ ਜਿਹੜੇ ਫਾਰਸੀ ਚ ਆਗਾ ਕਹਿੰਦੇ ਮਾਲਕ ਨੂੰ ਉਹਦਾ ਨੌਕਰ ਕਿਆ ਕਰਨ ਪਰ ਇੱਕ ਦਿਨ ਦਸਵੇਂ ਪਾਤਸ਼ਾਹ ਨੇ ਜਦੋਂ ਸੁਨੇਹਾ ਕੱਢਿਆ ਭਾਈ ਨੰਦ ਲਾਲ ਨੂੰ ਬੁਲਾਓ ਬੜਾ ਫਾਰਸੀ ਦਾ ਵਿਦਵਾਨ ਸੀ ਦਸਵੇਂ ਪਾਤਸ਼ਾਹ ਨੇ ਕੋਈ ਦਾ ਖਿਤਾਬ ਦਿੱਤਾ ਹੋਇਆ ਮੇਰਾ ਕਹਿਣ ਦਾ ਮਤਲਬ ਦਸਵੇਂ ਪਾਤਸ਼ਾਹ ਦੇ ਸਨਮੁਖ ਹੋ ਕੇ ਕਹਿੰਦਾ ਕਹਿੰਦਾ ਸਤਿਗੁਰੂ ਜੀ ਆ ਉਮਰ ਕਿੰਨੀ ਚੰਗੀ ਹੈ ਇੱਥੇ ਹੀ ਬਸ ਕਿਉਂ ਵੀ ਕਹਿੰਦਾ ਨੰਦ ਲਾਲ ਦਸਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਜੀ ਚਿੱਤ ਕਰਦਾ ਸਰੀਰ ਟੁਕੜੇ ਟੁਕੜੇ ਕਰਕੇ ਤੁਹਾਡੇ ਤੋਂ ਵੀ ਵਾਰ ਦੇ ਜਦੋਂ ਕਹਿੰਦਾ ਟੁਕੜੇ ਟੁਕੜੇ ਕਰਕੇ ਤੇ ਮਹਾਰਾਜ ਕਹਿੰਦੇ ਨੰਦ ਲਾਲ ਦਾ ਕੀ ਗੱਲ ਹੈ ਕਹਿੰਦਾ ਮਹਾਰਾਜ ਜੀ ਸਰੀਰ ਟੁਕੜੇ ਟੁਕੜੇ ਹੋਇਆ ਪਿਆ ਹੋਵੇ ਤੇ ਤੁਸੀਂ ਸਰੀਰ ਦੇ ਟੁਕੜਿਆਂ ਵੱਲੀ ਝਾਕ ਕੋ ਫਿਰ ਸਣੇ ਤੇ ਹੀ ਸੰਸਖੰਡ ਨੂੰ ਚਲੇ ਜਾਓ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕਾ ਦੁਆਰ ਮਤ ਹਰ ਪੁੱਛਾ ਕੌਣ ਹੈ ਪਰਾਗ ਮਹਾਰਾਜ ਤੁਸੀਂ ਪੁੱਛ ਲਓ ਵੀ ਆ ਦੋਤ ਕਿਹਦੀ ਆ ਫਿਰ ਸਣੇ ਦੇ ਹੀ ਸੱਚਖੰਡ ਨੂੰ ਚਲੇ ਜਾਵਾ ਕਿਉਂ ਜਿਹੜਾ ਸਮਾਂ ਤੁਹਾਡੇ ਨਾਲ ਬਤੀਤ ਹੁੰਦਾ ਹੈ ਇਹ ਮਹਾਰਾਜ ਹੋਰ ਜਿੱਥੇ ਮਰਜ਼ੀ ਸਮਾਂ ਹੋਰ ਤਾਂ ਪਾਸ ਹੁੰਦਾ ਹੈ ਤੇ ਤੁਹਾਡੇ ਨਾਲ ਜਿਹੜਾ ਸਮਾਂ ਉਹ ਸਫਲਾ ਹੁੰਦਾ ਹੁਣ ਤਾਂ ਟਾਈਮ ਜ਼ਿੰਦਗੀ ਦਾ ਪਾਸ ਹੁੰਦਾ ਪਰ ਜਿਹੜੀ ਤੁਹਾਡੇ ਨਾਲ ਸੰਗਤ ਕਰੀਦੀ ਹੈ ਨਾ ਇਹ ਮਹਾਰਾਜ ਇਹ ਸਮਾਂ ਸਫਲਾ ਹੋ ਜਾਂਦਾ ਦਸਵੇਂ ਪਾਤਸ਼ਾਹ ਅਨੰਦਪੁਰ ਦੀ ਧਰਤੀ ਚ ਰਹਿੰਦੇ ਆ ਅਨੰਦਪੁਰ ਸਾਹਿਬ ਦੀ ਧਰਤੀ ਚ ਬੜੀਆਂ ਦੂਰੋਂ ਦੂਰੋਂ ਸੰਗਤਾਂ ਆਣ ਕੇ ਦਰਸ਼ਨ ਭੇਟ ਧੋਤ ਨਿਹਾਲਾ ਬੜੀਆਂ ਸੰਗਤਾਂ ਆਣ ਕੇ ਦਰਸ਼ਨ ਕਰਦੀਆਂ ਤੇ ਕਈਆਂ ਪ੍ਰੇਮੀਆਂ ਨੂੰ ਜਿਨ੍ਹਾਂ ਨੂੰ ਪਤਾ ਉਹ ਪੰਗਤੀਆਂ ਪੜ੍ਹਦੇ ਆ ਕੀ ਕਹਿੰਦੇ ਆ ਉਹ ਬਾਰ ਬਾਰ ਨਿਜਾਉਣੀ ਮਾਨੁਛ ਦੇਗੀ ਬਾਰ ਬਾਰ ਨਹੀਂ ਮਿਲਣੀ ਮਾਨੁਛ ਦੇਗੀ ਉਹ ਬਾਰ ਬਾਰ ਨਹੀਂ ਮਿਲਣੀ ਮਾਨੁਛ ਤੈਨੂੰ ਬਾਰ ਬਾਰ ਨਹੀਂ ਮਿਲਣੀ ਮਨੁੱਖ ਦੇਗੀ ਆ ਬਾਰ ਬਾਰ ਨਹੀਂ ਮਿਲਣੀ ਮਨੁੱਖ ਦੇਗੀ ਆ Thank you.
ਬਾਰ ਬਾਰ ਨਾ ਮੈਲੀ ਮਨਾ, ਬਾਰ ਬਾਰ ਨਾ ਮੈਲੀ ਮਨਾ, ਉਹ ਬਾਰ ਬਾਰ ਨਹੀਂ ਮੈਲੀ ਹਰ ਚੁਕੇਗੀ ਮਾਨਤ, ਵਾਰ ਵਾਰ ਨਹੀਂ ਜਿਉਣੀ ਹਰ ਚੁਕੇਗੀ ਮਨ ਚੁਕੇਗੀ, ਮਾਨਸ ਜਨਮ ਬਹੁਰ ਨਹੀਂ ਪਾਵਸ। ਕਹਿੰਦੇ ਆਹ ਜਿਹੜੀ ਜ਼ਿੰਦਗੀ ਮਿਲੀ ਹੈ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ, ਜਹ ਪ੍ਰਸ਼ਾਦ ਅਰੋਗ ਕੰਚਨ ਦੇਹੀ ਕੰਚਨ। ਕਹਿੰਦੇ ਸੋਨੇ ਨੂੰ, ਕਹਿੰਦੇ ਉਹ ਜਿਹੜੇ ਰੱਬ ਨੇ ਤੈਨੂੰ ਸੋਨੇ ਵਰਗੀ ਦੇਹੀ ਦਿੱਤੀ ਹੈ, ਕਿਤੇ ਲਿਵ ਲਾਈ ਆ ਉਹਦੇ ਨਾਲ, ਇੱਕ ਦਿਨ ਬਣੀ ਲਾਈ। ਦੇਖੋ ਜਵਾਕਾਂ ਨੂੰ ਲਾਈ ਫਿਰਦਾ, ਕਹਾ ਪੋਤਿਆਂ ਨਾਲ ਲਾਈ ਫਿਰਦਾ, ਘਰ ਨਾ ਬੰਨੀ ਫਿਰਦਾ, ਨਾਲੇ ਘਰ ਦੇ ਕੁਛ ਤੇ ਨੀ ਵੇਚਦੇ ਨੀ, ਐਵੇਂ ਦਾਵੇ ਬਣਦਾ ਫਿਰਦਾ ਐਵੇਂ ਫੁੱਕ। ਜਿਹਨੇ ਸੋਨੇ ਵਰਗੀ ਦੇਹੀ ਦਿੱਤੀ ਹੈ ਤੇ ਜਿਹਨੇ ਸ਼ਕਤੀ ਪਦਾਰਥ ਸ਼ਕਣ ਨੂੰ ਦਿੱਤੇ ਆ, ਉਹਨੂੰ ਕਿਤੇ ਮਨ ਦੇ ਵਿੱਚ ਵਸਾਇਆ ਹੀ ਬਣੀ। ਜੈ ਪ੍ਰਸ਼ਾਦ ਸਤੀ ਅੰਮ੍ਰਿਤ ਕਾਏ ਤੇ ਠਾਕੁਰ ਕੋ ਰੱਖ ਮਨ ਮਨ। ਕਿਤੇ ਚੇਤੇ ਕੀਤਾ ਸ਼ਰਾਬਾਂ ਪੀ ਪੀ ਕੇ ਹੋਰ ਨਸ਼ੇ ਕਰ ਕਰਕੇ ਖੁਸ਼ ਹੋ, ਪਰ ਇਹ ਨੀ ਪਤਾ ਗੁਰੂ ਨੇ ਤਾਂ ਮਨਾ ਕੀਤਾ। ਤੈਨੂੰ ਗੁਰੂ ਨੇ ਕੋਈ ਵੀ ਨੀ ਕਿਹਾ ਵੀ ਨਸ਼ਾ ਕਰ, ਇੱਕ ਦੱਸ ਦਿਓ ਜੇ ਗੁਰੂ ਨੇ ਕਿਹਾ ਹੋਵੇ ਜਾਂ ਨਸ਼ਾ ਕਰ। ਗੁਰੂ ਕੀ ਕਹਿੰਦਾ ਹੈ? ਕਹਿੰਦਾ ਜਦ ਪੀਤੇ ਮਤ ਦੂਰ ਹੋਏ। ਕਿੱਡਾ ਭੈਣਾ ਸ਼ਰਾਬ ਨੂੰ ਖਿਤਾਬ ਆ, ਸਨਾਤਨ ਧਰਮ ਦੇ ਗ੍ਰੰਥ ਪੜ੍ਹੋ। ਕਹਿੰਦੇ ਸ਼ਰਾਬ ਪੀਣ ਵਾਲੇ ਦੇ ਕੋਲ ਹੀ ਨਰਕਾਂ ਨੂੰ ਜਾਂਦੇ ਤੇ ਆਪਾਂ ਚਾਹ ਨਾ ਪੀਂਦੇ, ਤੰਬਾਕੂ ਨੂੰ ਛੂਹਣਾ ਹੀ ਮਨ। ਸਨਾਤਨ ਧਰਮ ਦਾ ਗ੍ਰੰਥ ਪੜ੍ਹ ਲਓ, ਤੰਬਾਕੂ ਦੀ ਖਾਤਰ ਕਿਹਾ ਵੀ ਇੱਕ ਤੋਂ ਇੱਕ ਕੋਲ ਨਰਕ ਨੂੰ ਜਾਂਦੀ ਤੰਬਾਕੂ ਵੱਲ। ਪਰ ਗੁਰੂ ਨੇ ਸਾਡੇ ਤੇ ਡਰਾਇਆ ਨੀ, ਸਾਡੇ ਕੋਲ ਫੈਸਲਾ ਕੀਤਾ ਵੀ ਇਹਨੂੰ ਛੂਹਣਾ ਹੀ ਮਾੜਾ, ਹੱਥ ਲਾਉਣਾ ਹੀ ਮਾੜਾ। ਮੇਰਾ ਕਹਿਣ ਦਾ ਮਤਲਬ ਹੈ ਇਹ ਜਿਹੜੀ ਜ਼ਿੰਦਗੀ ਮਿਲੀ ਹੈ, ਮਹਾਰਾਜ ਕਹਿੰਦੇ ਕਿਵੇਂ ਮਿਲ ਗਈ? ਜਦੋਂ ਬੰਦੇ ਦੇ ਪੁੰਨ ਖਤਮ ਹੋ ਜਾਂਦੇ ਦਰਗਾਹ ਚ, ਤੇ ਰੱਬ ਐਡਾ ਦਿਆਲੂ ਹੈ ਉਹ ਕਹਿੰਦਾ ਤੈਨੂੰ ਅੰਨਾ ਕਰਕੇ ਘੱਲਦਾ, ਜੇ ਤੂੰ ਮੈਨੂੰ ਚੇਤੇ ਕਰੇਂਗਾ ਦੂਜੇ ਜਨਮ ਚ ਤੈਨੂੰ ਅੱਖਾਂ ਦੇ ਦੂ, ਤੈਨੂੰ ਲੰਗਾ ਕਰ ਦਿੰਦਾ, ਆਣ ਕੇ ਲੱਤ ਲੈ ਲਈ ਵੀ ਉਦੋਂ ਵੀ ਭੈਣੇ ਕੰਮ ਕਰਦਾ। ਉਹ ਕਹਿੰਦਾ ਫਿਰ ਤੇਰੇ ਬਾਅਦ 18 ਕਿਸਮ ਦਾ ਨਰਕ ਤਿਆਰ, ਜਿਤਨੇ ਨਰਕ ਫਿਰ ਮਨਮੁਖ ਭੋਗਾ। ਬਾਣੀ ਦੀ ਪੰਗਤੀ ਹੈ, ਕਹਿੰਦੇ ਇੱਥੇ ਇੱਕ ਜੇਲ੍ਹ ਤੋਂ ਡਰਦਾ ਤੇ ਗਾਹ 18 ਕਿਸਮ ਦੀ ਜੇਲ੍ਹ ਹੈ, ਪਤਾ ਨੀ ਕਿਹੋ ਜਿਹਾ ਦੁਖੀ ਦਿਨ ਕਿਹੋ ਜਿਹਾ ਹੋਵੇ। ਬਾਣੀ ਦੀ ਪੰਗਤੀ ਹੈ, ਮਾਨਸ ਜਨਮ ਪੁੰਨ ਫਲ ਪਾਇਓ। ਆਹ ਜਿਹੜੀ ਜ਼ਿੰਦਗੀ ਮਿਲੀ ਹੈ, ਇਹ ਕੋਈ ਬੰਦਾ ਆਉਣਾ ਸੋਚੇ ਵੀ ਮੇਰੀ ਮਰਜ਼ੀ ਨਾ ਮਿਲੀ, ਇਹ ਨਾ ਭੁੱਲ ਚਲੇ ਜੇ ਵੀ ਮੇਰੀ ਮਰਜ਼ੀ ਨਾ ਮਿਲੀ, ਇਹ ਆਪਾਂ ਨੂੰ ਪਿਛਲੇ ਪੁੰਨਾਂ ਦਾ ਫਲ ਮਿਲਿਆ ਰਿਹਾ, ਮਨੁੱਖਾ ਜਨਮ ਤਾਂ ਮਿਲਿਆ। ਇਹ ਇਉਂ ਨਾ ਸੋਚ ਲਿਓ
ਤੇ ਰੱਬ ਨੇ ਆਪਾਂ ਨੂੰ ਸਵਾਸ ਵੀ ਗਿਣ ਕੇ ਦਿੱਤੇ ਆ ਤੇ ਦਿਨ ਤੇ ਰਾਤ ਵੀ ਗਿਣ ਕੇ ਦਿੱਤੇ। ਇਹ ਵੀ ਨਾ ਸੋਚ ਲਓ ਵੀ ਮੈਂ ਆਪਦੀ ਮਰਜ਼ੀ ਨਾਲ ਜਿਉਂਦਾ ਰਹਿੰਦਾ। ਜਦੋਂ ਰੱਬ ਦੀ ਨਿਗਾਹ ਆ ਗਈ ਤੇ ਉਹਦੇ ਉਹਦਾ ਦਿਨ ਆ ਗਿਆ ਨਾ, ਨਹੀਂ ਵਧਣ ਘਟਣ ਤੇ ਸਾਰ ਇੱਕ ਵੀ ਸਵਾਸ ਨਹੀਂ ਆਉਣ ਦੇਣਾ ਉਹਨੇ, ਉਹਦੇ ਉਹਦੇ ਪਤਾ ਲੱਗਣਾ ਜਦੋਂ ਲੈ ਜੋ ਚੁੱਕ ਤਲ ਜਿੰਨਾ ਵੀ ਸਵਾਸ ਵਧਾ ਘਟਾ ਨਹੀਂ ਕੋਈ ਸਕਦਾ ਜਿੱਥੇ ਭਾਵੇਂ PGI ਹਸਪਤਾਲ ਚ ਦਾਖਲ ਹੋ ਜੇ। ਇਸੇ ਤਰ੍ਹਾਂ ਸਤਸੰਗ ਪੰਕਤੀ ਹੈ, ਮਨੁੱਖਾ ਜਨਮ ਮੁੜ ਕੇ ਨਹੀਂ ਮਿਲਦਾ, ਇਹਦੇ ਨਾਲ ਲਾਹਾ ਕਿਹੜੇ ਲੈਂਦੇ ਆ, ਇਹਦੇ ਨਾਲ ਉਹ ਲਾਹਾ ਲੈਂਦੇ। ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਕਾ। ਮਨੁੱਖਾ ਜਨਮ ਲਾਲ ਦੀ ਨਿਆਈ ਹੈ, ਜਿਹੜੇ ਬੰਦੇ ਇਹਦੇ ਨਾਲ ਨਸ਼ੇ ਕਰਦੇ ਵਿਕਾਰ ਕਰਦੇ ਆ ਉਹ ਇਉਂ ਸਮਝੋ ਇਹਦੀ ਕਦਰ ਨਹੀਂ ਪਾ ਰਹੇ। ਇਹਦੀ ਕਦਰ ਕੌਣ ਪਾਉਂਦਾ ਹੈ? ਰਤਨ ਗਾਹਕ ਹੋਰ ਸਾਧੂ ਵੇਖੇ, ਬਾਬੇ ਮੋਤੀ ਰਾਮ ਨੇ ਇਹਦੀ ਕਦਰ ਪਾਈ, ਸਾਧ ਸੰਗਤ ਬਾਬਾ ਰਾਮ ਸਿੰਘ ਜੀ ਨੇ ਇਹਦੀ ਕਦਰ ਪਾਈ। ਕਿਉਂ? ਜਿਹਨਾਂ ਨੇ ਨਾਮ ਜਪਿਆ। ਆਪਾਂ ਜਪਜੀ ਸਾਹਿਬ ਨੀ ਪੜ੍ਹਦੇ ਤੇ ਗੱਲਾਂ ਆਪਣਾ ਤੋਂ ਸੁਣ ਧੜੀ ਧੜੀ ਦੀਆਂ ਕਰਾਂਗੇ। ਜਪਜੀ ਸਾਹਿਬ ਨੀ ਤੜਕ ਉੱਠ ਕੇ ਪੜ੍ਹਦੇ, ਆਪਣੇ ਦਰਜਾ ਨੇ ਜਦ ਨੀ ਪੜ੍ਹਿਆ ਹੋਣਾ, ਇੱਕ ਦੋ ਨੇ ਤਾਂ ਪੜ੍ਹਿਆ ਹੋਇਆ ਮੈਂ ਕਹਿ ਨੀ ਸਕਦਾ, ਲਾ ਲਓ ਵੀ ਕਿੰਨਿਆਂ ਕਿੰਨੇ ਪੜ੍ਹਿਆ ਹੋਣਾ। ਜਦੋਂ ਉੱਠਣਾ ਹੀ 8 ਵਜੇ ਹੈ ਤੇ ਗੁਰੂ ਦਾ ਗੁਰੂ ਉਦੋਂ ਹੱਸਦਾ ਕਹਿੰਦਾ ਲੋਥਾ ਵਜੇ। ਵੱਡੇ ਦਿਨ ਉੱਠਣ ਵਾਲੇ ਨੂੰ ਗੁਰੂ ਲੋਥ ਕਹਿੰਦਾ, ਮਿਰਤ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਕਹੇ ਜੇ ਸੀਨ ਹੈ। ਦਸਵੇਂ ਪਾਤਸ਼ਾਹ ਤੇ ਅਨੰਦਪੁਰ ਦੀ ਧਰਤੀ ਚ ਬਿਪਤਾ ਦੇ ਪਹਾੜ ਡਿੱਗੇ ਵੇ, ਮਤਬਲਾ ਅਨੰਦਪੁਰ ਦੀ ਧਰਤੀ ਨੂੰ ਘੇਰਾ ਪਿਆ, ਕਿਹੋ ਜਿਹਾ ਸੀਨ ਹੋਣਾ। ਇੱਕ ਦਸਵੇਂ ਪਾਤਸ਼ਾਹ ਦੀ ਸੰਗਤ ਦੇ ਵਿੱਚ ਖੱਤਰੀਆਂ ਦੀ ਲੜਕੀ ਹੈ ਬੀਬੀ ਬਸੰਤ ਲਤਾ। ਖੱਤਰੀਆਂ ਦੀ ਲੜਕੀ ਹੈ, ਸੇਵਾ ਦੇ ਵਿੱਚ ਨਿਪੁੰਨ, ਮਤਬਲਾ ਵੀ ਸੇਵਾ ਬਹੁਤ ਕਰਦੀ ਹੈ ਤੇ ਉਹਦੇ ਘਰਦਿਆਂ ਨੂੰ ਲੱਗਿਆ ਬਈ ਦਸਵੇਂ ਪਾਤਸ਼ਾਹ ਦੇ ਉੱਤੇ ਕਹਿਰ ਦੇ ਦਿਨ ਆਉਣ ਵਾਲੇ ਆ। ਕਹਿਰ ਦੇ ਦਿਨ ਕਿਹੜੇ ਆ? ਜਿੱਥੇ ਦਸਵੇਂ ਪਾਤਸ਼ਾਹ 6 ਤੇ 7 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਣਾ, ਇਹ ਕਹਿਰ ਦੇ ਦਿਨ। ਆਪਾਂ ਇੱਕ ਕਹਿਰ ਦੀ ਘੜੀ ਨਹੀਂ ਲੰਘਾ ਸਕਦੇ ਜ਼ਿੰਦਗੀ ਤੋਂ। ਤੇ ਦਸਵੇਂ ਪਾਤਸ਼ਾਹ ਨੇ 42 ਸਾਲ ਦੀ ਉਮਰ ਤੱਕ ਇੱਕ ਦਿਨ ਵੀ ਨਹੀਂ ਸੌਖਾ ਦੇਖਿਆ। ਇਤਿਹਾਸ ਪੜ੍ਹ ਕੇ ਦੇਖਦੇ 42 ਸਾਲ ਤੱਕ ਇੱਕ ਦਿਨ ਬਣੇ, ਦਿਨੋ ਦਿਨ ਕੋਈ ਨਾ ਕੋਈ ਕਹਿਰ ਦਾ ਦਿਨ ਆ ਕੇ ਕਿਹੋ ਜਿਹਾ ਸੀਨ ਬਣਾ। ਪੁੱਤਾਂ ਬਾਲਿਓ ਜਗਤ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ। ਪਰਿਵਾਰ ਨੇ ਸੋਚਿਆ
ਚਾਓ ਸਰ ਤਰ ਤਲੀ ਗਲੀ ਮੇਰੀ ਆਓ ਕਿਹੇ ਜੀ ਗਲੀ ਆ ਉਹ ਕਾਲੋਂ ਨਿੱਕੀ ਖੰਡੇ ਦੀ ਧਾਰ ਦੁੱਖ ਰੂਪ ਆ ਸਿੱਖੀ ਦੁੱਖ ਰੂਪ ਨਹੀਂ ਹੈ ਦਸ਼ਟਾਂ ਦਿੱਤਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਪਰ ਖੰਡੇ ਦੀ ਧਾਰ ਦੁੱਖ ਰੂਪ ਹੈ ਉਹ ਵੱਜਦੀ ਆ ਉਹਦੇ ਤੋਂ ਤੁਰਨਾ ਔਖਾ ਤੇ ਗੁਰੂ ਜੀ ਨੇ ਦਸ਼ਟਾਂ ਤਾਂ ਦਿੱਤਾ ਕਹਿੰਦੇ ਜੇ ਮੈਂ ਖੰਡੇ ਦੀ ਧਾਰ ਤੇ ਤੁਰਨਾ ਔਖਾ ਹੈ ਤੇ ਸਿਰਫ ਸਿੱਖੀ ਦੇ ਮਾਰਗ ਤੇ ਵੀ ਚੱਲਣਾ ਔਖਾ ਬਸੰਤ ਲਤਾ ਬੀਬੀ ਦੇ ਪਰਿਵਾਰ ਨੇ ਸੋਚਿਆ ਵੀ ਮਨਾ ਕਹਿਰ ਦੇ ਦਿਨ ਹੈ ਖੋਵੇ ਨਾ ਤੇ ਦਸਵੇਂ ਪਾਤਸ਼ਾਹ ਨੂੰ ਬੇਨਤੀ ਕਰੀਏ ਵੀ ਮਹਾਰਾਜ ਜੀ ਸਾਡੀ ਲੜਕੀ ਨੂੰ ਛੁੱਟੀ ਦੇ ਦਿਓ ਅਸੀਂ ਘਰ ਲੈ ਜਾਈਏ ਤੇ ਜਦੋਂ ਉਹਨੂੰ ਪਤਾ ਲੱਗਿਆ ਜਿਹੜੇ ਪ੍ਰੇਮੀ ਆ ਗੁਰੂ ਦੇ ਉਹ ਕੀ ਕਹਿੰਦੇ ਆ ਪਿਆਰੇ ਜੀ ਡਰਨੇ ਦੀ ਜੋਬਨ ਪਿਆਰੇ ਜੀ ਡਰਨੇ ਦੀ ਜੋਬਨ ਸਤਿ ਸ਼੍ਰੀ ਅਕਾਲ।